ਅੱਛੇ ਹੋ ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿੱਦਾਂ ਸਾਰੇ ਮਿੱਤਰ ਜੀ, ਸਾਰੇ ਠੀਕ ਹੋ ਗਏ? ਤੇ ਟਾਈਮ ਹੋ ਚੁੱਕਾ ਹੈ ਸਵੇਰ ਦਾ 10:30 ਦਾ, ਤੇ ਵਲੌਗ ਦੀ ਸ਼ੁਰੂਆਤ ਕਰ ਰਹੀ ਹੈ। ਰਾਮਣ ਆਨੂ ਨੂੰ ਰੋਟੀ ਪੁੱਛ, ਲਿਆਓ ਪਲੇਟ ਨਾਲ ਵਲਾਈ ਆ ਵੀ ਜਾਂਦਾ ਜੀ। ਹਾਂ ਹਾਂ, ਪ੍ਰਭ ਨਾਮ ਲਾਏਗਾ ਥੋੜਾ ਨਹੀਂ ਲਈ। ਤੇ ਅੱਜ ਆਪਣੇ ਘਰ ਆਏ ਆ ਪ੍ਰਾਹਣੇ। ਪ੍ਰਾਹਣੇ ਕੌਣ ਆਇਆ? ਕਰਨਵੀਰ ਸਿੰਘ ਆਪਣੇ ਘਰ ਜਿਹੜਾ ਆਉਂਦਾ ਪੜ੍ਹਨ ਟਿਊਸ਼ਨ, ਉਹਦਾ ਨਾਂ ਕਰਨਵੀਰ ਆ। ਇਹਨੂੰ ਮੈਂ ਕਰਨਵੀਰ ਕਰੂੰਗੀ ਤੇ ਕਰੂੰਗਾ, ਓਏ ਮੇਰਾ ਇੰਨਾ ਕਰਨਵੀਰ ਨਹੀਂ ਆ। ਤੇ ਪ੍ਰਭ ਲੈ ਗਿਆ ਕਰਨ ਨੂੰ, ਤੇ ਪ੍ਰਭ ਆਪਦੀਆਂ ਪੂਰੀਆਂ ਹੀਣਾ ਬਣਾ ਕੇ ਲਿਆਇਆ ਵੀ ਜੇ ਤੂੰ ਮੇਰੇ ਸਾਰੇ ਕੰਮ ਕਰੇਗਾ ਤਾਂ ਤੈਨੂੰ ਮੈਂ ਤਾਂ ਖੜਨੀ। ਹੁਣ ਪ੍ਰਭ ਦੀ ਡਿਊਟੀ ਕਰਨ ਨੇ ਸੰਭਾਲੀ, ਕਰਨ ਨੇ ਮੇਰੇ ਨਾਲ ਵੀਡੀਓ ਬਣਾਉਣ 'ਚ ਮੇਰੀ ਹੈਲਪ ਕਰਨ ਦਿਆ। ਪ੍ਰਭ ਕਹਿੰਦਾ ਮੈਂ ਤੈਨੂੰ ਪਿੰਡੋਂ ਹੀ ਕਹਿ ਕੇ ਲਿਆਇਆ ਨਾ ਮੇਰੇ ਸਾਰੇ ਕੰਮ। ਪ੍ਰਭ ਲੈ ਨੂੰ ਰੋਟੀ ਬਸ, ਤੇ ਗੰਢੇ ਰਾਤੀ ਵੀ ਨਹੀਂ ਰਾਨੂੰ ਨੇ ਵਿੱਚੋਂ ਖਾਧੇ ਤੇ ਹੁਣ ਵੀ ਨਹੀਂ ਖਾਧੇ। ਆਹੋ ਤੇ ਨਹੀਂ, ਕਰੇਲੇ ਖਾਧੇ, ਕਰੇਲਿਆਂ 'ਚ ਮੈਨੂੰ ਗੰਢੇ ਨਹੀਂ ਖਾਧੇ। ਪਹਿਲੀ ਵਾਰ ਨਿਹਾਲ ਹੋ ਗਈ ਅੱਜ, ਮੈਂ ਖੂਹ ਚ ਆਵਾਜ਼ ਵਧੀਆ ਮਾਰੀ। ਮੈਂ ਹਾਂਜੀ ਕਹਿੰਦੀ ਆ, ਤੁਸੀਂ ਕਹਿ ਦਿੰਦੇ ਹਾਂ ਹਾਂਜੀ। ਮੈਨੂੰ ਤਾਂ ਇੱਜ਼ਤ ਇਹੋ ਜਿਹੀ ਕਰਦੀ ਵੀ ਨੀ, ਹਾਂਜੀ ਨਾ ਕਿਆ ਕਰ, ਤੂੰ ਕਿਹਾ ਸੀ ਨਾ। ਅੱਛਾ ਲਓ ਜੀ, ਆਪਾਂ ਬਣਾ ਰਹੇ ਰੋਟੀ ਸਵੇਰ ਦੇ 10:30 ਜਿੱਦਾਂ ਦਾ ਦੱਸਦਾ 10:30 ਦਾ ਟਾਈਮ ਹੋ ਗਿਆ ਹੈ, ਤੇ ਹੁਣ ਆਪਾਂ ਰੋਟੀ ਖੜਾਈਏ ਡੈਡੀ ਨੇ ਖਾ ਲਈ। ਰਾਮ ਨਾਨ ਨੂੰ ਪੁੱਛ, ਹੁਣ ਕੁਝ ਹੋਰ ਚਾਹੀਦਾ ਵਾ? ਲੈ ਆ ਦਹੀਂ ਫਿਰ ਭੱਜ ਕੇ ਇੱਧਰ ਖਾਣਾ। ਦੌੜੇ ਚ ਦੌੜਨਾ ਕਰਦੇ ਹੋਗਾ ਪਾਈ ਲਿਆ। ਦੁਪਹਿਰ ਦੇ ਵੱਜ ਕੇ 2:30 ਤੇ ਇੰਨੀ ਜ਼ਿਆਦਾ ਗਰਮੀ ਹੋ ਗਈ ਹੈ ਨਾ ਬਾਹਰ, ਬੱਤਰ ਧੁੱਪ ਵਿਖਾ ਕੇ ਲਿਆਉਣੀ, ਬਾਹਰ ਤਾਂ ਨਿਕਲਣ ਨੂੰ ਦਿਲ ਹੀ ਕਰਦਾ, ਤੇ ਇੰਨੀ ਜ਼ਿਆਦਾ ਧੁੱਪ ਹੈ ਨਾ ਜਿਹੜੀ ਆਪਾਂ ਕਹਿੰਦੇ ਰਹੇ ਨਾ ਗਰਮੀ ਨਹੀਂ ਆਈ, ਗਰਮੀ ਨਹੀਂ ਆਈ, ਤੇ ਗਰਮੀ ਨੇ ਬਸ ਦੋਵਾਂ ਚੌਂ ਦਿਨਾਂ 'ਚ ਵੱਟ ਕੱਢ ਤੇ ਉਹ ਲਿਆ ਦਿਓ। ਤੇ ਅਸੀਂ ਵੇਖੋ ਕੀ ਕੀਤਾ ਵਾ, ਅਸੀਂ ਆ ਰਹੇ ਹਾਂ ਗੇੜ ਗੇੜ ਬੰਦ ਕਰਕੇ, ਪਰਦੇ ਪੁਰਦੇ ਖੜੇ ਕਰਕੇ ਨਾ ਐਂ ਕਰਕੇ ਪੂਰਾ ਹੋਇਆ ਕਰਕੇ, ਫਿਰ ਅਸੀਂ ਅੰਦਰ ਬੈਠੇ ਆ, ਤੁਹਾਨੂੰ ਨੇਰਾ ਦਿਖਦਾ ਹੋਊਗਾ। ਤੇ ਕਿਉਂਕਿ ਗਰਮੀ ਬਾਹਰ ਬਹੁਤ ਜ਼ਿਆਦਾ, ਸੇਕ ਬੜਾ ਇੰਨਾ ਜ਼ਿਆਦਾ ਸੇਕ ਹੈ ਨਾ, ਉਹਦਾ ਕਰਕੇ ਮਤਲਬ ਦਿਲ ਨਹੀਂ ਕਰਦਾ ਬਾਹਰ ਨੂੰ ਵੇਖਣ ਨੂੰ ਨਹੀਂ ਜੀ ਕਰਦਾ। ਤੇ ਬਸ ਇੱਕ ਵਾਸ਼ਰੂਮ ਕਰਨ ਅਸੀਂ ਬਾਹਰ ਜਾਂਦੇ ਹਾਂ, ਤੇ ਬਾਅਦ 'ਚ ਫਿਰ ਆ ਕੇ ਇੱਥੇ। ਤੇ ਆਹ ਚਾਹ ਮੈਂ ਬਣਾ ਲਿਆਂਦੀ ਆ, ਹੁਣ ਗਰਮੀਆਂ 'ਚ ਤਾਂ ਬਿਲਕੁਲ ਚਾਹ ਪੀਣ ਨੂੰ ਨਹੀਂ ਦਿਲ ਕਰਦਾ। ਅੱਗੇ ਲੋਕ ਕੀ ਕਰਦੇ ਹੁੰਦੇ ਕਿ ਨਿੰਬੂ ਪਾਣੀ ਬਣਾ ਕੇ ਪੀ ਲੈਂਦੇ ਹੁੰਦੇ ਸੀਗੇ, ਤੇ ਜਦੋਂ ਜ਼ਿਆਦਾ ਗਰਮੀ ਹੁੰਦੀ, ਹੁਣ ਏਸੀਆਂ ਨੇ ਵੀ ਨਿੰਬੂ ਪਾਣੀ ਵਾਲਾ ਕੰਮ ਵੀ ਖਤਮ ਕਰ ਦਿੱਤਾ ਵਾ, ਕਿਉਂਕਿ ਹੁਣ ਏਸੀ ਲੱਗ ਗਏ ਆ, ਤੇ ਪਾਣੀ ਪਤਾ ਨਹੀਂ ਘੱਟ ਹੀ ਪੀਤਾ ਜਾਂਦਾ ਜਦੋਂ ਏਸੀ ਵਾਲੇ ਕਮਰੇ ਦੇ ਵਿੱਚ ਬੈਠੇ ਰਹੀਏ ਨਾ, ਫਿਰ ਬਹੁਤ ਜ਼ਿਆਦਾ ਘੱਟ ਪਾਣੀ ਪੀਤਾ ਜਾਂਦਾ ਵਾ। ਤੇ ਓਦਾਂ ਹੁੰਦਾ ਵਾ ਕਿ ਜਦੋਂ ਆਪਾਂ ਆਪਣੇ ਗਰਮੀ ਗਰਮੀ ਫੀਲ ਹੁੰਦੀ ਰਹਿੰਦੀ ਸੀ ਨਾ, ਆਪਾਂ ਪਾਣੀ ਬੜਾ ਪੀਂਦੇ ਹਾਂ, ਪਰ ਅਜੇ ਵੀ ਬਹੁਤ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਵੀ ਵੱਧ ਤੋਂ ਵੱਧ ਪਾਣੀ ਪੀਤਾ ਜਾਵੇ, ਤੇ ਚਾਹ ਸਿਰਫ ਹੁਣ
ਉਹ ਵੈਸੇ ਤੁਹਾਨੂੰ ਪਤਾ ਆਪਣੇ ਘਰ ਦੇ ਚਾਹ ਬਣਦੀ ਦੋ ਟਾਈਮ ਆ, ਇੱਕ ਸਵੇਰੇ ਤੇ ਇੱਕ ਦੁਪਹਿਰੇ। ਅੱਗੇ ਸਰਦੀ ਵਿੱਚ ਹੁੰਦਾ ਸੀ ਤਿੰਨ ਟਾਈਮ ਬਣ ਜਾਂਦੀ ਸੀ, ਪਰ ਹੁਣ ਅਸਲੋਂ ਹੀ ਦੋ ਟਾਈਮ ਬਣਦੀ ਆ। ਤੇ ਜਦੋਂ ਕਿਤੇ ਜੀ ਕੀਤਾ ਤੇ ਮੈਂ ਤੇ ਪੀ ਲੈਂਦੀ ਹੁੰਦੀ ਹਜੇ ਵੀ ਨਿੰਬੂ ਪਾਣੀ, ਜਗਰੂਪ ਨਹੀਂ ਪੀਂਦੇ। ਜਗਰੂਪ ਨੂੰ ਤੇ ਬਸ ਚਾਹ ਦੀ ਥਾਂ ਤੇ ਚਾਹ ਹੀ ਚਾਹੀਦੀ ਆ। ਤੇ ਲਿਆਓ ਹੁਣ ਆਪਾਂ ਪੀਂਦੇ ਹਾਂ ਚਾਹ। ਮੈਂ ਪੜ੍ਹਾ ਕੇ ਤੁਹਾਨੂੰ ਪਤਾ ਜਿੱਦਾਂ ਕਿ ਮੈਂ ਗੁੜ ਵਾਲੀ ਚਾਹ ਪੀਣੀ ਆ ਤੇ ਮੈਨੂੰ ਗੁੜ ਵਾਲੀ ਚਾਹ ਸਵਾਦ ਲੱਗਦੀ ਆ। ਤੇ ਇਸ ਗਾਣੇ ਤੇ ਹੁਣ ਇਸ ਵਕਤ ਆਪਾਂ ਵੇਖ ਸਕਦੇ ਗਲੀ 'ਚ ਜਾ ਕੇ ਵੀ ਗਲੀ 'ਚ ਇੱਕ ਚਿੜੀ ਨਹੀਂ ਚੁੱਕਣ ਲਈ, ਕਿਉਂਕਿ ਇਸ ਗਾਣੇ ਜਿਹੜਾ ਗਲੀ ਵਾਲੇ ਮਾਹੌਲ ਜਾ ਰਹੇ ਨੇ ਦੁਪਹਿਰ ਵਾਲੇ ਉਹ ਬਿਲਕੁਲ ਬੰਦ ਕਰ ਦਿੰਦੇ। ਅੱਗੇ ਲੋਕ ਪਤਾ ਕੀ ਕਰਦੇ ਹੁੰਦੇ ਕਿ ਜਦੋਂ ਗਰਮੀ ਹੋਣੀ ਤੇ ਬਾਹਰ ਨਿਕਲ ਕੇ ਬਹਿ ਜਾਣਾ ਰੁੱਖਾਂ ਦੇ ਥੱਲੇ ਠੰਡੀ ਠੰਡੀ ਹਵਾ। ਵੈਸੇ ਅੱਜ ਠੰਡੀ ਹਵਾ ਬੜੀ ਵਗਣ ਦੀ, ਮੈਂ ਵੇਖ ਕੇ ਆਈ ਬਾਹਰ ਹੁਣ ਜੇ ਮੈਂ ਵਾਸ਼ਰੂਮ ਗਈ ਹਾਂ। ਤੇ ਇਹ ਠੰਡੀ ਹਵਾ ਦੇ ਵਿੱਚ ਲੋਕਾਂ ਨੇ ਰੁੱਖਾਂ ਥੱਲੇ ਜਾ ਕੇ ਬਹਿ ਜਾਣਾ ਤੇ ਫਰੈਸ਼ ਹਵਾ ਮਿਲਣੀ, ਤੇ ਹੁਣ ਏਸੀਆਂ ਨੇ ਜਿਹੜਾ ਉਹ ਫਰੈਸ਼ ਹਵਾ ਵਾਲਾ ਕੰਮ ਹੀ ਖਤਮ ਕਰਤਾ ਤੇ ਬਾਹਰ ਨੂੰ ਨਿਕਲਣ ਨੂੰ ਦਿਲ ਨਹੀਂ ਕਰਦਾ, ਕਿਉਂਕਿ ਏਸੀ ਦੀ ਹਵਾ ਪਾਉਂਦੇ ਹਾਂ ਕਿ ਏਸੀ ਦੀ ਹਵਾ ਹੀ ਲਈ ਜਾਈਏ। ਤੇ ਹੁਣ ਆਪਾਂ ਚਾਹ ਪੀ ਲਈਏ ਤੇ ਫਿਰ ਮਿਲਦੇ ਹਾਂ। ਧੰਨਵਾਦ। ਨਿਕਲ ਜਾ ਕਰੋ ਗੁਆਂਢੀਓ ਕਿਤੇ, ਨਿਕਲ ਜਾ ਕਰੋ ਘਰੋਂ ਬਾਹਰ ਤੁਸੀਂ ਵੀ। ਕੁੜੀਆਂ ਦੀ ਰੰਗ ਕਾਲਾ ਹੁੰਦੇ ਆ, ਮੇਰਾ ਜੀ ਨਹੀਂ ਕਰਦਾ ਘਰੋਂ ਨਿਕਲਣ। ਆ ਜਾ ਬਹਿ ਜਾ, ਮੈਂ ਬਾਹਰ ਚੱਲੀ ਸ਼ਾਇਦ ਸ਼ਾਇਦ ਮੰਮੀ ਬਾਹਰੋਂ ਆਈ, ਬਾਹਰ ਇੰਨਾ ਘੱਟਾ ਪੈਣ ਦਿਆ, ਹਨੇਰ ਇੱਕੇ ਦਮ ਹੀ ਆ ਗਿਆ ਬਹੁਤ ਜ਼ਿਆਦਾ। ਆਹੋ ਭਾਈ ਤਾਂ ਮੌਸਮ ਰਵੇ ਸਹੀ ਸਹੀ ਆ ਨਾ, ਇੰਨਾ ਮੌਸਮ ਜ਼ਿਆਦਾ ਗਰਮੀ ਵੀ ਨਹੀਂ ਸੈੱਟ ਆਉਂਦੀ। ਤੇ ਸਾਂਚੀ ਗਈ ਗੁਰਦੁਆਰੇ ਤੇ ਗੁਰਦੁਆਰੇ ਲਈ ਪ੍ਰਸ਼ਾਦ ਤੇ ਆਪਾਂ ਖਾਧਾ ਪ੍ਰਸ਼ਾਦ। ਦੋ ਸਾਂਚੀ ਦਾ ਜਿਹੜਾ ਕੰਮ ਹੁੰਦਾ, ਜਿਹੜਾ ਸਾਂਚੀ ਦਾ ਕੰਮ ਹੁੰਦਾ ਸਨੋਈ ਨੂੰ ਸਤਾਉਣਾ, ਸਾਂਚੀ ਦੇ ਰਿਕੋਰਡ ਕਰਨ ਦੇ ਆਹ ਕੰਮ ਇਹਦਾ ਸਾਂਚੀ ਦਾ। ਬਸ ਆਹ ਇਸੇ ਕਰਕੇ ਤੇ ਸਾਂਚੀ ਅੱਧਾ ਘੰਟਾ ਸਾਡੇ ਘਰ ਵਾਸਤੇ ਕੱਢਦੀ ਇਧਰ ਇੱਕ। ਬਸ ਲੈ ਉਹ ਗੋਰ ਨੇ ਵੀ ਉਹਨੇ ਵੀ ਪੂਰਾ ਜ਼ੋਰ ਲਾਇਆ। ਸਾਂਚੀ ਆਇਆ ਉਹ ਵੀ ਪੂਰੀ ਆਪਦੇ ਹੱਥਾਂ ਨਾਲ ਲੱਗਦੀ ਉਹ ਸਾਂਚੀ ਦੀ ਤੇ ਇਹਦੀ ਮੈਂ ਨੀ ਇੱਟ ਕੁੱਤੇ ਦਾ ਵੈਰ ਚੱਲਦਾ ਰਹਿੰਦਾ ਇਹਨਾਂ ਦੋਵਾਂ ਜਣੀਆਂ ਦਾ। ਮੈਂ ਮਤਲਬ ਮੈਨੂੰ ਤਾਂ ਐਂ ਲੱਗਦਾ ਜੇ ਤੁਸੀਂ ਪਿੱਛੇ ਜਾਣ ਸੀ ਭੈਣਾ ਜੀ, ਉਹ ਵੀ ਹੱਥਾਂ ਦੇ ਨਾਲ ਹੀ ਆਉਂਦੀ, ਉਹ ਵੀ ਐਂ ਕਰਕੇ ਹੱਥਾਂ ਦੇ ਨਾਲ ਹੀ ਮਾਰਦੀ ਜਿੱਦਾਂ ਸਾਂਚੀ ਉਹਦੇ ਮੂੰਹ ਨੂੰ ਮਾਰਦੀ ਲੈ ਮਤਲਬ ਕਿਵੇਂ ਕਰੀ ਉਹ ਵੀ ਹੱਥਾਂ ਨਾਲ। ਅਸਲ ਚ ਨਾ ਉਹ ਆਪਣੇ ਆਪ ਨੂੰ ਬਚਾਉਂਦੀ ਆ, ਤੂੰ ਕਮੀਨੀਆਂ ਨੂੰ ਮਾਰਦੀ ਆ ਵਿਚਾਰੀ ਨੂੰ। ਹਾਏ ਹਾਏ ਸਾਂਚੀ ਕਿੱਧਰ ਰੰਗ ਕਾਲਾ ਹੁੰਦੇ ਹਨ ਹਾਂਜੀ ਬਹੁਤ ਜ਼ਿਆਦਾ। ਸਨਸਕ੍ਰੀਨ ਲਾਇਆ ਕਰ ਸਨਸਕ੍ਰੀਨ, ਉਹ ਨਾ ਹੋਰ ਜ਼ਿਆਦਾ ਹੁੰਦਾ ਮੇਰੇ ਅਰਕੀ ਬਚਾਈ ਮਹਾਰਾਜ ਦੀ ਕਿਰਪਾ ਨਾ। ਅੱਗੇ ਮੇਰੇ ਪਿਛਲੀ ਵਾਰ ਬੜੇ ਮਹਾ ਹੀ ਮੇਰੇ ਦਾਗ ਮਿਟੇ ਇੱਥੇ ਆਹ ਵਾਲੀ ਜਗ੍ਹਾ ਤੇ ਮੇਰੇ ਬੜੇ ਹੈ। ਮਿੱਟੀ ਲੱਗ ਲਿਆ ਤੇਰੇ ਪੈਰਾਂ ਥੱਲੇ, ਮਿੱਟੀ ਚੁੱਕਾਂ ਮੈਂ। ਮੰਮੀ ਕੀ ਕਰਨ ਦੀ ਆ, ਹਾਏ ਮੈਂ ਜਾਵਾਂ ਕਿਤੇ ਵੇਖ ਉਧਰ ਵੇਖ, ਮਾਤਾ ਕਰਨ ਦੀ ਆ ਤੇਰੀ ਮੇਰੀ ਮਾਤਾ ਪਾ ਮੇਰੇ ਲੈ ਕੰਮ ਕਰਦੀਆਂ ਦੋਵੇਂ ਜਾਣੀਆਂ, ਪ੍ਰਭ ਹੁਣੀ ਕਿੱਥੇ ਗਏ, ਮੈਂ ਉਹਨਾਂ ਨੂੰ ਲੱਭਣ ਦਈ ਆ। ਲੈ
ਤੂੰ ਗੁਰਦੁਆਰੇ ਆਈ ਆ? ਹਾਂ ਹਾਂ, ਫਿਰ ਉਹ ਉਧਰ ਗਿਆ, ਉਹ ਪਰਲੇ ਬੰਨੇ ਹੋਣੇ ਮੈਨੂੰ ਲੱਗਦਾ, ਘੋੜਿਆਂ ਘੜਿਆਂ ਵਾਲੇ ਬੰਨੇ ਹੋਊਗਾ ਉਧਰ। ਮੈਂ ਅੱਡੇ ਤੇ ਜਾਣਾ ਸੀ, ਉਹਦੇ ਨਾਲ ਸੌਦਾ ਲੈਣ ਤੇ ਗੋਲ ਗੱਪੇ ਖਾਣ ਜਾਣਾ ਸੀ, ਤੇ ਅੱਜ ਗਏ ਕਾਹਤੋਂ ਦੱਸ ਬੈਠੀ ਹੁਣ ਦੇਖੀ, ਹੁਣ ਦਸਾਂ ਦੇ ਮੈਂ ਆਪ ਖਾਣੇ ਤੇ ਹੁਣ ਮੰਗਣ ਵਾਲੇ ਪਹਿਲਾਂ ਕੀ ਆਂਦੇ ਹੁੰਦੇ ਪਿੰਡ ਵੱਜਣ ਨੀ, ਮੰਗਣ ਵਾਲੇ ਪਹਿਲਾਂ ਤਿਆਰ ਬੈਠੇ ਦੇ, ਮੈਂ ਤੇ ਖਾਧੇ ਨੀ ਤੇ ਤੈਨੂੰ ਪਹਿਲਾਂ ਲਿਆ ਦਾ। ਅੱਜ ਬਾਹਰ ਸੋਫਿਆਂ ਦੇ ਕਵਰ ਜਿਹੜੇ ਉਹ ਚੇਂਜ ਕੀਤੇ ਆ, ਕੰਮੀ ਨੀ ਰੱਖਦੇ ਉੱਥੇ, ਆ ਲੋ ਆ ਕੁੱਤੀ ਕੰਮ ਕਰਦੀ ਆ ਪੁੱਠੇ ਕੰਮ। ਚਲੀ ਆਂਦਾ ਤੂੰ ਗੇਟ, ਇਹ ਨਾ ਸਕੂਲੇ ਜਾਣ ਲੱਗਾ ਤੇ ਇਹ ਗੇਟ ਤੋਂ ਬਾਹਰ ਨਿਕਲ ਲੱਗਾ ਤੇ ਇਹਨੇ ਨਾ ਗੇਟ ਬੰਦ ਕਰ ਲਿਆ ਤੇ ਕਹਿੰਦਾ 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 ਹੁਣ ਫਿਰ ਮੂੰਹ ਧੋਣਾ ਬਣਾ ਸਵੇਰੇ ਸਵੇਰੇ, ਕੌਣ ਮੱਥੇ ਲੱਗ ਗਈ ਆਂਦਾ ਆਂਦਾ ਮੇਰਾ ਪੇਪਰ ਨੀ ਵਧੀਆ ਹੋਇਆ ਤੇਰਾ ਮੂੰਹ ਵੇਖ ਕੇ। ਦਾਲ ਚੌਲ ਚਟਨੀ ਤੇ ਮੈਂ ਟੇਸਟ ਕਰਦੀ ਪਈ ਆ, ਇੰਨੇ ਟੇਸਟੀ ਬਣੇ ਨਾ, ਮੈਨੂੰ ਸੱਚੀ
ਮਜ਼ਾ ਆਇਆ ਤਾ ਦਾਲ ਚੌਲ ਚਟਨੀ ਖਾ ਕੇ ਅਤੇ ਇੱਕ ਰਾਜਮਾਂਹ ਚੌਲ ਹੋਏ, ਕੜੀ ਚੌਲ ਹੋਏ, ਮੇਰੇ ਫੇਵਰੇਟ ਆ। ਅਤੇ ਬਸ ਅੱਜ ਦੀ ਵੀਡੀਓ ਇਹੋ ਹੀ, ਤੁਸੀਂ ਦੱਸੋ ਤੁਹਾਨੂੰ ਅੱਜ ਦੀ ਆਪਣੀ ਵੀਡੀਓ ਕਿੱਦਾਂ ਦੀ ਲੱਗੀ। ਅਗਰ ਵੀਡੀਓ ਥੋੜ੍ਹੀ ਵਧੀਆ ਲੱਗੀ ਹੋਵੇ ਪਲੀਜ਼ ਲਾਈਕ ਕਰਕੇ ਜਾਇਓ, ਸ਼ੇਅਰ ਕਰਕੇ ਜਾਇਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਅਤੇ ਜਿੰਨਾ ਵੀ ਹੋ ਸਕਦਾ ਆਪਣੀ ਫੈਮਿਲੀ ਨਾਲ, ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ ਨਵੀਂ ਡੇਟ, ਕਮੈਂਟ ਮਖਾ ਕੇ ਦੇਣਾ। ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ ਨਵੀਂ ਵੀਡੀਓ ਦੇ ਨਾਲ। ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮੱਚ ਫੋਰ ਵਾਚਿੰਗ, ਪਲੀਜ਼ ਲਾਈਕ ਜ਼ਰੂਰ ਕਰਕੇ ਜਾਇਓ।